ਅੱਜ ਦੀ ਵੱਡੀ ਖਬਰ, ਖੇੜੀ ਗੰਡਿਆਂ ਤੋਂ ਲਾਪਤਾ ਸਗੇ ਭਰਾਵਾਂ ਬਾਰੇ ਨਵਾਂ ਖੁਲਾਸਾ। 22 ਜੁਲਾਈ ਨੂੰ ਜ਼ਿਲ੍ਹੇ ਦੇ ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਹੋਏ ਦੋ ਸਗੇ ਭਰਾਵਾਂ ਵਿੱਚੋਂ ਇੱਕ ਦੀ ਲਾਸ਼ ਨੂੰ ਮਾਪਿਆਂ ਨੇ ਪਛਾਣ ਲਿਆ। ਜਸ਼ਨਦੀਪ ਦੀ ਲਾਸ਼ ਨੂੰ ਪਛਾਣ ਲਿਆ। ਇਸ ਦੀ ਲਾਸ਼ ਕੱਲ ਨਹਿਰ ਵਿੱਚੋਂ ਮਿਲੀ ਸੀ। ਘਨੌਰ ਦੇ DSP ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ ਸ਼ਾਮ ਗੋਤਾਖੋਰਾਂ ਨੂੰ ਭਾਖੜਾ ਦੀ ਨਰਵਾਣਾ ਬ੍ਰਾਂਚ ਵਿੱਚੋਂ ਬੱਚੇ ਦੀ ਲਾਸ਼ ਮਿਲੀ ਸੀ। ਮਾਪਿਆਂ ਨੂੰ ਬੱਚੇ ਦੀ ਲਾਸ਼ ਦਿਖਾਈ ਗਈ ਤੇ ਮਾਂ ਨੇ ਇਸ ਨੂੰ ਆਪਣੇ ਵੱਡੇ ਪੁੱਤਰ ਜਸ਼ਨਦੀਪ ਸਿੰਘ ਵਜੋਂ ਪਛਾਣ ਲਿਆ। ਕੁਝ ਹੀ ਸਮੇਂ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਹਾਲਾਂਕਿ ਪਰਿਵਾਰ ਮੁਤਾਬਕ ਉਹਨਾਂ ਦਾ ਛੋਟਾ ਪੁੱਤਰ ਹਸਨਦੀਪ ਹਾਲੇ ਵੀ ਲਾਪਤਾ ਹੈ, ਪਰ ਪੁਲਿਸ ਦਾ ਤਰਕ ਹੈ ਬੀਤੇ ਹਫ਼ਤੇ ਨਹਿਰ ਵਿੱਚੋਂ ਮਿਲੀ ਲਾਸ਼ ਹਸਨਦੀਪ ਦੀ ਹੋ ਸਕਦੀ ਹੈ। ਹੁਣ ਇਸ ਦਾ ਫੈਸਲਾ DNA ਦੀ ਜਾਂਚ ਰਾਹੀਂ ਹੋ ਸਕਦਾ ਹੈ। ਹਾਂਜੀ, ਬੱਚਿਆਂ ਦੇ ਪੇਰੈਂਟਸ ਨੇ, ਮਤਲਬ ਫਾਦਰ ਨੇ ਸ਼ਨਾਖਤ ਕਰ ਲਈ ਹੈ। ਉਹਨਾਂ ਨੇ ਆਪਣੇ ਜਿਹੜੇ ਗਲ 'ਚ ਕਾਲਾ ਧਾਗਾ ਪਾਇਆ ਸੀਗਾ, ਹੱਥ 'ਤੇ ਜਿਹੜੀ ਲਿਖਣ ਸੀ ਧਾਗਾ, ਅਤੇ ਕੱਪੜਿਆਂ ਤੋਂ ਬੋਡੀ ਤੋਂ ਪਹਿਚਾਣ ਕਰ ਲਈ ਵੀ ਸਾਡਾ ਉਹਨਾਂ ਦਾ ਵੱਡਾ ਬੱਚਾ ਕਿਸ ਨਹੀਂ ਹੈ, ਅਤੇ ਪੋਸਟਮਾਰਟਮ ਕਰਾ ਕੇ ਬਾਕੀ ਅਗਲੀ ਕਾਰਵਾਈ ਕਰ ਰਹੇ ਹਾਂ। ਦੂਜੀ ਇਹ ਗੱਲ ਵੀ ਆ ਕਿ ਪੇਰੈਂਟਸ ਨੂੰ ਅਸੀਂ ਕੱਲ੍ਹ ਰਿਕੁਐਸਟ ਕੀਤੀ ਸੀ, ਕਨਵਿੰਸ ਕੀਤਾ ਸੀਗਾ, ਅਤੇ ਕੱਲ੍ਹ ਦੁਪਹਿਰੇ ਸ਼ਾਮ ਤੱਕ ਉਹ ਮੰਨ ਗਏ ਸੀ। ਉਹਨਾਂ ਨੂੰ DNA ਕਰਾਉਣ ਲਈ ਵੀ ਰਾਜ਼ੀ ਹੋ, ਕਹਿੰਦੇ ਵੀ ਸਾਨੂੰ ਅਸੀਂ ਉਹ DNA ਜੋ ਦੂਸਰੇ ਬੱਚੇ ਦਾ ਹੈਗਾ ਉਹਦੇ ਲਈ ਉਹ DNA ਕਰਾਉਣ ਲਈ ਰਾਜ਼ੀ ਹੋ ਗਏ ਸੀ ਗੱਲ ਬਿਨਾਂ ਰਿਕੁਐਸਟ। ਸਰ, ਦੋਨੋਂ ਬੱਚਿਆਂ ਦੀ ਪੁਸ਼ਟੀ ਹੋ ਗਈ ਕਿ ਦੋਨੋਂ ਇਹਨਾਂ ਦੇ? ਹਾਲੇ ਇੱਕ ਬੱਚੇ ਦੀ ਉਹਨਾਂ ਨੇ ਪੁਸ਼ਟੀ ਕੀਤੀ ਹੈ, ਦੂਜੇ ਵਾਸਤੇ ਇਹਨਾਂ ਦੇ ਪੇਰੈਂਟਸ DNA ਲਈ ਰਾਜ਼ੀ ਹੋ ਗਏ। ਵੱਡੇ ਦੇ ਕਿ ਛੋਟੇ ਦੀ? ਛੋਟੇ ਦੀ। ਠੀਕ ਹੈ ਸਰ, ਛੋਟੇ ਦੀ ਪੁੱਛੋ। ਸਰ, ਬੱਚੇ ਦੀ ਬੋਡੀ 'ਚ ਕੋਈ ਰਿਪੋਰਟ ਦੱਸੀ? ਬਿਊਰੋ ਰਿਪੋਰਟ, ਪ੍ਰੈਸ ਪਬਲਿਕ।